ਵਿਸਵੇ ਚਸਿਆਂ ਘੜੀਆਂ ਪਹਿਰ ਠਿੱਤੀ ਵਾਰੀ ਮਾਹ ਹੋਆ ਅਸੀਂ ਟਿਊਕ ਮਾਤਰ ਸਮੇਂ ਬਾਰੇ ਜਾਣਕਾਰੀ ਆਪ ਜੀ ਨਾਲ ਸਾਂਝੀ ਕਰਨ ਜਾ ਰਹੇ ਹਾਂ ਅੱਖ ਦੀ ਪੁਤਲੀ ਦਾ ਇੱਕ ਵਾਰ ਚਪਕਣਾ ਨਿਮਖ ਹੁੰਦਾ ਹੈ 15 ਵਾਰ ਅੱਖ ਚਪਕਣਾ ਇੱਕ ਵਿਸਾ ਹੁੰਦਾ ਹੈ 15 ਵਿਸੇ ਇੱਕ ਚਸਾ ਬਣ ਜਾਂਦਾ ਹੈ ਅਤੇ 30 ਚਸਿਆਂ ਦਾ ਇੱਕ ਪਲ ਬਣ ਜਾਂਦਾ ਹੈ 60 ਪਲਾਂ ਦੀ ਇੱਕ ਘੜੀ ਹੁੰਦੀ ਹੈ ਅਤੇ 7.5 ਘੜੀਆਂ ਦਾ ਇੱਕ ਪਹਿਰ ਹੁੰਦਾ ਹੈ 8 ਪਹਿਰਾਂ ਦਾ ਇੱਕ ਦਿਨ ਅਤੇ ਰਾਤ ਹੁੰਦਾ ਹੈ 15 ਦਿਨਾਂ ਦਾ ਇੱਕ ਮੱਖ ਹੁੰਦਾ ਹੈ 15 ਦਿਨਾਂ ਦੀਆਂ 15 ਥਿਤੀ ਵਾਰ ਹੁੰਦੀਆਂ ਹਨ 7 ਦਿਨਾਂ ਦਾ 7 ਵਾਰ ਭਾਵ ਹਫਤਾ ਹੁੰਦਾ ਹੈ 4 ਹਫਤਿਆਂ ਦਾ 1 ਮਾਹ ਭਾਵ ਮਹੀਨਾ ਹੁੰਦਾ ਹੈ 12 ਮਹੀਨਿਆਂ ਦਾ 1 ਸਾਲ ਭਾਵ 1 ਸਾਲ ਹੁੰਦਾ ਹੈ 12 ਵਰਸਾਂ ਦਾ ਭਾਵ 12 ਸਾਲਾਂ ਦਾ ਇੱਕ ਕੁੰਭ ਹੁੰਦਾ ਹੈ 100 ਵਰਸ ਦਾ ਭਾਵ 100 ਸਾਲ ਦਾ ਇੱਕ ਸ਼ਤਾਬਦੀ ਬਣਦੀ ਹੈ ਰਹੀ ਵਾਸਤੇ ਘਤ ਸਮੇ ਨੇ ਇੱਕ ਨ ਮੰਨੀ ਫੜ ਫੜ ਰਹੀ ਧਰੀਕ ਸਮੇ ਖਿਸਕਾਈ ਕੱਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ